हाँ जी वीरे, अपना अज हो गया दूजा दिन, तैयार हो गए नहा धो के, हुण जावांगे आपां दरबार साहिब मत्था टेकण। रात तां रश बड़ा सीगा, फिर गए नहीं, हरिद्वार देखण हुण चलांगे। रास्ता अज भी आउणा वा, रास्ता अज भी बड़ा मजा आया, कट बहाणा अज जाणे आ। फिर हुण कमरे चो निकलदे आ, नहा धो के निकले आ, मसा नहाते आ, ठंड दे गई, ठंड दे गई, 10 कप चाह दे पीते पहला, फिर किते उठण दी हिम्मत होई। ठंड भी बहुत है, बस बहुत ज्यादा ठंड भी बड़ी है, तां ही तां कोट एडे एडे चाढ़े हुए। चलो जी बाहर चलिए, रूम तो जाते पे रास्ते च, लो जी वीर जी हम अभी गुरुद्वारे के वल नूं जा रहे हैं, ते हुण अभी उत्थे कमरे च बाहर निकले हैं। ਚਾਬੀ ਉਹਨਾਂ ਮਿਲੀ, ਠੰਡ ਤਾਂ ਹੈਗੀ ਆ, ਧੁੱਪ ਨਿਕਲਦੀ ਆ ਹੌਲੀ ਹੌਲੀ ਨਿਕਲਦੀ ਨਿਕਲੂ ਹੈ ਜੀ। ਤਾਂ ਰਾਹ ਦੇ ਵਿੱਚ ਵੀ ਰਾਸ਼ ਨਹੀਂ ਵਧਿਆ, ਕੱਲ੍ਹ ਤਾਂ ਬਹੁਤ ਰਾਜ ਸੀਗਾ, ਬਹੁਤ ਜ਼ਿਆਦੇ, ਅਤੇ ਜਾ ਰਹੇ ਹਾਂ ਜੀ ਹੁਣ ਦੇਖਦੇ ਹਾਂ, ਬਾਕੀ ਗੁਰਦੁਆਰੇ ਦੇ ਕੋਲੇ ਜਾ ਕੇ ਦੇਖਦੇ ਹਾਂ ਜਾਂਦੇ ਪਏ ਰਸਤੇ। ਸਾਡੇ ਬੰਦੇ ਨੂੰ ਕਰੋਨਾ ਦਾ ਵੀ ਡਰ ਆ, ਕਹਿੰਦਾ ਮਾਸਕ ਲਾ ਕੇ ਰੱਖਣਾ ਮੈਂ, ਬੰਨ ਲਿਆ ਮਗਾ, ਠੰਡ ਬਣਾ ਲੱਗ ਜੂ ਸਿਰ ਨੂੰ, ਨਹਾ ਕੇ ਹਟੇ ਸੀਗੇ ਬਾਕੀ ਤੁਹਾਨੂੰ ਦੇਖ ਬਣਾ ਰਹੇ ਹਾਂ। ਆਪਾਂ ਗੁਰਦੁਆਰੇ ਦੇ ਕੋਲੇ ਜਾ ਕੇ ਬੈਗ ਬੁਗ ਜਮ੍ਹਾਂ ਕਰਾਉਂਦੇ ਹਾਂ, ਜੁੜੇ ਜੁੜੇ ਚੱਲਦੇ ਹਾਂ ਫਿਰ ਅਸੀਂ। ਮੱਥਾ ਟੇਕਣ ਲੱਗੇ, ਲਾਈਨ 'ਚ ਲੱਗੇ ਹੋਏ ਹਾਂ ਅਸੀਂ, ਮੱਥਾ ਟੇਕ ਲਈਏ ਫਿਰ ਉਹਨੂੰ ਦਿਖਾਉਂਦੇ ਹਾਂ ਬਾਕੀ ਅੰਦਰ ਕਰਨੇ ਵਾਲਾ ਜੀ। ਕੱਠ ਬਹੁਤ ਆ, ਕੱਠੀ ਬਹੁਤ ਹੈ ਜੀ, ਤੁਹਾਨੂੰ ਪਤਾ ਹੀ ਆ ਆਪਣਾ ਸਪਨਾ ਹੈ ਵੀ ਇੰਨਾ ਮਰਜ਼ੀ ਜਮਾ ਲੈ। ਅੱਛਾ ਆ ਗਈ, ਮੱਥਾ ਤਾਂ ਠੀਕ ਹੈ ਯਾਰ, ਅਸੀਂ ਉਹਨਾਂ ਨੂੰ ਪਥਿਆਵਾ ਤੇ ਵੀਡੀਓ ਬਣਾਉਣ ਲੱਗੇ ਸੀਗੇ, ਸਾਨੂੰ ਉਹਨਾਂ ਨੇ ਇੰਨੀ ਗਾਣੇ ਰੋਕਤਾ, ਸੇਵਾਦਾਰਾਂ ਨੇ ਕਹਿੰਦੇ ਵੀਡੀਓ ਨਹੀਂ ਬਣਾਉਂਦੇ ਨੇ, ਉਹਨਾਂ ਦੀ ਮੱਥਾ ਠੀਕ ਹੈ ਅਤੇ ਬਾਹਰ ਆ ਗਏ, ਬਾਹਰ ਆਏ ਹਾਂ ਹੁਣ ਅਸੀਂ, ਹੁਣ ਚਾਹ ਪੀਣੀ ਆ। ਜਿਹੜੇ ਹਿਸਾਬ ਨਾਲ ਰਾਸ਼ ਲੱਗ ਰਿਹਾ ਸੀਗਾ ਮੱਥਾ ਟੇਕਣ ਨੂੰ, ਟਾਈਮ ਤਾਂ ਲੱਗਿਆ ਨਹੀਂ ਕੁਛ, ਯਾਨੀ 1.5 ਘੰਟਾ ਲੱਗਿਆ, ਮਸਾ ਡੇਢ ਘੰਟਾ ਲੱਗਿਆ ਵਾ। ਹੁਣ ਅਸੀਂ ਚਾਹ ਪੀਣ ਚੱਲੇ ਹਾਂ, ਚਾਹ ਪੀ ਲਈਏ ਅਤੇ ਬਾਕੀ ਦੇਖਦੇ ਹਾਂ ਫਿਰ। ਇੱਥੇ ਇੱਕ ਮੰਦਰ ਆ, ਮੰਦਰ ਦਿਖਾਉਂਦੇ ਹਾਂ, ਮੰਦਰ 'ਚ ਜਾਵਾਂਗੇ, ਉਹ ਜ਼ਿਆਦਾ ਨਹੀਂ ਪਤਾ ਹਾਲੇ ਕੀ ਆ ਮੰਦਰ ਦਾ, ਕਿਆ ਵਾ ਕਹਿੰਦੇ ਬਹੁਤ ਵਧੀਆ ਵਾ, ਬਹੁਤ ਮਸ਼ਹੂਰ ਆ ਇੱਕਦਮ, ਬਾਕੀ ਸੇਵਾਦਾਰ ਫਿਰ ਆਉਂਦਾ ਵਾ, ਹੁਣ ਆਪਾਂ ਬਾਅਦ 'ਚ ਮਿਲਦੇ ਹਾਂ, ਬਾਅਦ 'ਚ ਬਣਾਵਾਂਗੇ। A few moments later. ਚੜਾਈਆ ਬਾਈ ਜਾਊਗਾ,
ਉੱਚੀ ਬਾਜ ਤਾਂ ਨਿਕਲਦੀ ਨੀਂਦਰੇ ਚ ਟਾਈਮ ਹੋ ਗਿਆ 11:40 ਹੈਪੀ ਨਿਊ ਈਅਰ 20 ਰਹਿ ਗਏ ਪੁਰਾਣਾ ਸਾਲ ਚਲੇ ਜਾਣਾ ਨਵਾਂ ਆ ਜਾਣਾ ਵਾ ਤੇ ਵੀਰੇ ਰਸ਼ ਇੰਨਾ ਵਾ ਨਾ ਇੱਥੇ ਰਸ਼ ਵੀ ਦਿਖਾਉਂਦੇ ਆ ਬਹੁਤ ਵੀਰੇ ਪੈਰ ਰੱਖਣ ਨੂੰ ਜਗ੍ਹਾ ਨੀ ਹੈਗੀ ਪੈਰ ਰੱਖਣ ਦਿਖਾਵਾਂ ਦੇਖੋ ਵੀਰੇ ਰਸ਼ ਕਿੰਨਾ ਵਾ ਇੱਥੇ ਬਹੁਤ ਪੈਰ ਰੱਖਣ ਨੂੰ ਜਗ੍ਹਾ ਨੀ ਨਵੇਂ ਸਾਲ ਤੇ ਇੱਥੇ ਆਇਆ ਕਰੋ ਨਵਾਂ ਸਾਲ ਮਨਾਇਆ ਮੇਰੀ ਆਵਾਜ਼ ਬਹੁਤ ਉੱਚੀ ਹੁਣ ਤੂੰ ਬੁਲਾਵੇ ਰਹਿਣ ਦੇ ਜਨਾਬ ਬੋਲਿਆ ਨਹੀਂ ਹੁੰਦੇ ਧੱਕੇ ਹੀ ਵੱਜਦੇ ਆ ਧੱਕੇ ਹੀ ਸ੍ਰੀ ਅਕਾਲ ਰਾਜਾ ਬਈ ਉਹ ਦੇਖੋ ਤੁਹਾਨੂੰ ਉਹ ਦੂਰ ਦੂਰ ਤੱਕ ਲੋਕ ਬੈਠੇ ਬਹੁਤ ਰਾਜਾ ਚੱਲਦੇ ਹਾਂ ਪ੍ਰਸ਼ਾਦ ਤਾਂ ਹੈ ਨੀ ਕੋਈ ਨੀ ਪ੍ਰਸ਼ਾਦ ਤਾਂ ਹੈ ਨੀ ਬਾਬਾ ਜੀ ਹੈ ਨੀ ਪ੍ਰਸ਼ਾਦ ਵਾਲੇ ਉੱਥੇ ਘੱਟੋ ਘੱਟ 5-7 ਲੱਖ ਬੰਦਾ ਤਾਂ ਹੋਊਗਾ ਯਾਰ ਆਰਾਮ ਨਾਲ 5-7 ਲੱਖ ਬੰਦਾ ਤਾਂ ਆਰਾਮ ਨਾਲ ਪੈਰ ਰੱਖਣ ਨੂੰ ਮਹਾ ਜਗ੍ਹਾ ਇੱਥੇ ਜਗ੍ਹਾ ਹੈ ਹੀ ਨਹੀਂ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਪਿੱਛੇ ਦੇਖੋ ਕਿੰਨਾ ਕੁ ਵਾਧੂ ਪੈਰ ਰੱਖਣ ਖਾਣੀ ਜਕਾਰੇ ਦੇ ਜਕਾਰਾ ਵੱਜ ਰਿਹਾ ਜਿੰਨੀ ਸਰੋਵਰ ਦੇ ਆਲੇ ਦੁਆਲੇ ਪ੍ਰਕਰਮਾ ਵਾ ਪ੍ਰਕਰਮਾ ਦੇ ਵਿੱਚ ਕਿਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਉਹ ਠੰਡ ਲੱਗਦੀ ਹੈ ਮਾਹੌਲ ਬੰਨਣਾ ਹੀ ਆ ਫਿਰ ਕੰਨ ਤੇ ਠੰਡ ਹੈ ਵੀ ਬਹੁਤ ਆ ਹੋਰ ਬਾਹਰ ਵਾਲੇ ਬਹੁਤ ਜ਼ਿਆਦਾ ਬਾਹਰ ਜ਼ਿਆਦਾ ਬਾਹਰ ਘੱਟ ਪਰ ਯਾਰ ਜੇ ਸਾਨੂੰ ਸੋਚਿਆ ਸੀ ਉਹ ਸਾਨੂੰ ਆਉਣੇ ਲੱਗੇ ਅੰਦਰ ਨਹੀਂ ਲੱਗਦੀ ਬਾਹਰ ਲੱਗਦੀ ਹੈ ਪ੍ਰਕਰਮਾ ਦੇ ਵਿੱਚ ਠੰਡ ਜ਼ਿਆਦਾ ਹੈ ਅੰਦਰ ਆ ਕੇ ਕਾਫੀ ਜਗ੍ਹਾ ਇੱਥੇ ਬੈਠੀਏ ਬਹਿੰਦੇ ਆ ਉਧਰ ਜੇ ਬਹਿੰਦੇ ਆ ਓਏ ਮੇਰੀ ਗੱਲ ਹੁਣ 12 ਵਜੇ ਗੁਬਾਰੇ ਛੱਡੇ ਉਧਰ ਉਹਦੇ ਗੁਬਾਰੇ ਛੱਡੇ ਵਾਧੂ ਜਿੱਥੇ ਹੈਗਾ ਛੱਡਦੇ ਲੈਟਾਂ ਲਾਈ
ਹੈਪੀ ਨਿਊ ਈਅਰ ਬਾਈ ਜੀ, ਹੈਪੀ ਨਿਊ ਈਅਰ। ਚੱਲ ਕੋਈ ਨਾ, ਸਾਲ ਤਾਂ ਘਟੀ ਜਾਣੇ ਆ। ਮੁੱਕੀ ਫੇਰ ਸੋਹ ਲੱਗੀ ਕੀ ਕਹਿੰਦਾ ਕਦੋਂ ਉਹਨਾਂ ਨਹੀਂ ਕਹਿੰਦਾ ਹੁਣ ਤਾਂ ਕਮਰੇ ਨਹੀਂ ਜਾਣ ਮਾਤਾ ਕੋਲ ਲੱਡੂ ਵੰਡੇ ਜਾ ਰਹੇ ਆ ਜਾਂ ਖਾ ਲੈਂਦੇ ਹਾਂ ਜੇ ਹੈਗਾ ਆ ਰਹਿ ਗਿਆ ਲੱਡੂ ਵੰਡੇ ਜਾ ਰਹੇ ਆ ਵੀਰੇ ਨਵੇਂ ਸਾਲ ਦੇ ਲੱਡੂ ਵੰਡਦੇ ਆ, ਕੋਈ ਮਠਿਆਈਆਂ ਵੰਡਦੇ ਨੇ, ਕੋਈ ਕੁਛ ਵੰਡਦਾ ਵਾ, ਨਵੇਂ ਸਾਲ ਦੀਆਂ ਖੁਸ਼ੀਆਂ ਮਨਾ, ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੇ ਆ। ਤੱਟ ਬਹੁਤ ਹੈ, ਉਹ ਲੈ ਕੇ ਆਈ ਕੀ ਹੈ, ਉਹ ਟੋਫੀਆਂ ਲੈ ਆਏ, ਉਹਦੇ ਟੋਫੀਆਂ ਵੰਡ ਰਹੇ ਆ ਵੀਰੇ, ਟੋਫੀਆਂ ਵੀ ਦੇ ਰਹੇ ਆ। ਵੀਰੇ ਨੂੰ ਟੋਫੀਆਂ ਵੰਡ ਰਹੇ ਨੇ ਨਵੇਂ ਸਾਲ ਦੀ ਖੁਸ਼ੀ 'ਚ। ਹੈਪੀ ਨਿਊ ਈਅਰ, ਹੈਪੀ ਨਿਊ ਈਅਰ। ਪਹਿਲਾਂ ਮਤਲਬ ਵਧੀਆ ਜਗ੍ਹਾ ਬਹਿ ਗਈ ਹੈ, ਖਾਣ ਪੀਣ ਖਾਣ ਪੀਣ ਗਾਂ ਨੂੰ ਲੈ ਆਵਾਂਗੇ ਪੱਕਾ, ਸੈਂਟਰ ਨਾ ਹੋਏ ਕਦੇ ਉਹ ਤਾਂ ਹੁਣ ਤੇਰੀ ਦੇ ਨਾ ਜੀ, ਇਹਨਾਂ ਦਾ ਕਰਦਾ ਨਾ ਜੀ ਤੇਰਾ ਕਰਦਾ, ਬੜਾ ਹੀ ਬਣਾਈ ਕਲਾਸ ਬਹੁਤ ਲੱਗੀ ਮੱਥਾ ਟੇਕ ਲਿਆ ਸਭ ਕੁਛ, ਤੇ ਤਾਂ ਹੁਣ ਲੰਗਰ ਛੱਕ ਕੇ ਵਿਹਲੇ ਹੋ ਗਏ ਆ, ਤੇ ਹੁਣ ਰੂਮ ਦੇ ਵਿੱਚ ਚੱਲੇ ਆ ਰੈਸਟ ਕਰਨ।
ਇੱਥੇ ਫੁੱਲ ਥੱਕ ਗਏ ਬਈ ਹੁਣ ਤਾਂ ਬਸ ਹੀ ਪਈ ਆ ਹੈਪੀ ਨਿਊ ਇਅਰ ਮਨਾ ਲਿਆ ਵੀਰੇ ਆਪਾਂ ਹੈਪੀ ਨਿਊ ਇਅਰ ਸਾਰਿਆਂ ਨੂੰ ਇਕੱਠ ਬਹੁਤ ਸੀਗਾ ਹੈਪੀ ਨਿਊ ਇਅਰ ਵਧੀਆ ਵੀਰੇ ਵਧੀਆ ਹੋਇਆ ਵਾ ਗੁਰਦੁਆਰੇ ਮਨਾਇਆ ਵਾ ਅਸੀਂ ਸਭ ਨੂੰ ਆਉਣਾ ਚਾਹੀਦਾ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੁਸੀਂ ਵੀ ਜ਼ਰੂਰ ਦਰਸ਼ਨ ਕਰਿਓ ਸਾਡੇ ਬਲੌਗ ਦੇ ਵਿੱਚ ਦੇਖਿਓ ਵਧੀਆ ਵਧੀਆ ਗੁਰਦੁਆਰੇ ਵਧੀਆ ਵਧੀਆ ਧਾਮ ਜੋ ਵੀ ਪਤਾ ਲੱਗੂਗਾ ਅਸੀਂ ਉਹ ਤੁਹਾਨੂੰ ਦਿਖਾਇਆ ਕਰਾਂਗੇ ਵਧੀਆ ਚੀਜ਼ ਦਿਖਾਉਣੀ ਹੈ ਸਾਨੂੰ ਗੁਰਦੁਆਰਾ ਸਾਹਿਬ ਵੀ ਦੱਸਿਓ ਜਾਵਾਂਗੇ ਬਲੌਗ ਬਣਾਵਾਂਗੇ ਦੱਸਾਂਗੇ ਇੱਕ ਜ਼ਰੂਰੀ ਆ ਇਹ ਬਜ਼ੁਰਗਾਂ ਨੂੰ ਆਪਣਿਆਂ ਨੂੰ ਬਹੁਤ ਦਿਖਾਇਓ ਜਿਹੜੇ ਆ ਨਹੀਂ ਸਕਦੇ ਮੰਜਿਆਂ 'ਤੇ ਬੈਠੇ ਆ ਤੁਰ ਨਹੀਂ ਸਕਦੇ ਉਹਨਾਂ ਨੂੰ ਇਹ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਾਏ ਜਾਣ ਵੀਡੀਓ ਰਾਹੀਂ ਦਿਖਾਇਓ ਚਾਹੇ ਜ਼ਰੂਰ ਦਿਖਾਇਓ ਮੇਰਾ ਵੀਰ ਬਾਕੀ ਆਪਾਂ ਮਿਲਦੇ ਹਾਂ ਫਿਰ ਜਾਣ ਲੱਗੇ ਟ੍ਰੇਨ ਫੜਦੇ ਹਾਂ ਜਾਂ ਬੱਸ ਫੜਦੇ ਹਾਂ ਉਹ ਹੁਣ ਦੇਖੋ ਮੌਕੇ 'ਤੇ ਬਾਕੀ ਜੇ ਬਲੌਗ ਦੇ ਵਿੱਚ ਕਾਫੀ ਚੰਗਾ ਲੱਗਾ ਹੋਵੇ ਪਲੀਜ਼ ਬਲੌਗ ਨੂੰ ਲਾਈਕ ਜ਼ਰੂਰ ਕਰਿਓ ਪਤੀਲਾ ਮੱਚ ਜਾਣਾ ਬਾਬਾ ਗੈਸ ਬੰਦ ਕਰਦੇ ਚਲੋ ਖੜਦੇ ਆ ਜੀ ਬਾਬੇ ਦਾ ਪਤੀਲਾ ਮੱਚ ਜਾਣਾ ਸੀਗਾ ਗੈਸ ਛੱਡੀ ਬੇਟਾ ਪਾਣੀ ਐ ਨੀ ਸੀ ਪਤੀਲਾ ਖਾਲੀ ਬਾਬਾ ਖਾਣਾ ਖਾ ਰਿਹਾ ਵਾ ਕਹਿੰਦਾ 5 ਮਿੰਟ ਖੜ ਜੋ ਫਿਰ ਚਾਹ ਬਣਾ ਕੇ ਚਾਹ ਲੈ ਕੇ ਫਿਰ ਆਪਾਂ ਚੱਲਾਂਗੇ ਰੂਮ 'ਚ ਆਰਾਮ ਨਾਲ ਨੀਂਦ ਰੈਸਟ ਰੁਸਟ ਕਰਦੇ ਹਾਂ ਸੁਬਾਹ ਰੈਸਟ ਕਰਕੇ ਸੁਬਾਹ ਅਸੀਂ ਪਿੰਡ ਨੂੰ ਜਾਵਾਂਗੇ ਨਾਲ ਦੀ ਨਾਲ ਵਿਚਾਰ ਬਾਕੀ ਤੁਸੀਂ ਵੀ ਵਿਚਾਰ ਸਾਂਝੇ ਕਰਿਓ ਮੈਸੇਜ ਕਰਿਓ ਕਮੈਂਟ ਜ਼ਰੂਰ ਕਰਿਓ ਵੀ ਕਿੱਦਾਂ ਦਾ ਲੱਗਾ ਬਲੌਗ ਕਿੱਦਾਂ ਦਾ ਲੱਗਿਆ ਜੇ ਕੋਈ ਵਧੀਆ ਲੱਗਿਆ ਬਲੌਗ 'ਚ ਲਾਈਕ ਜ਼ਰੂਰ ਕਰਕੇ ਜਾਇਓ ਅਸੀਂ ਦੇਸੀ ਦੇ ਬੰਦੇ ਹਾਂ ਦੇਸੀ ਸਾਡੀ ਬੋਲੀ ਆ ਦੇਸੀ ਅਸੀਂ ਬਲੌਗ ਬਣਾਉਂਦੇ ਹਾਂ ਦੇਸੀ ਸਾਡੀ ਅਸੀਂ ਸ਼ੁੱਧ ਪੰਜਾਬੀ ਬੋਲਣੀ ਬਾਕੀ ਧੰਨਵਾਦ ਚਲੋ ਠੀਕ ਆ ਫਿਰ